ठाकुर तुम पे अरदास, जियो पिंड सब तेरी रास। तुम मात पिता हम बारक तेरे, तुम्हारी कृपा मैं सुख कनेरे। कोई न जा तुम्हरा अंत उचेते, ऊंचा भगवंत सगल समग्री सुधरदारी। तुमते हो सकारी तुमरी गत मित तुम्हें जाने, नानक दास सदा कुर्बानी। बोलो जय श्री वाहेगुरु। एक ओंकार वाहेगुरु जी की फतेह। श्री भगवती जी सहाय वार। श्री भगवती जी के पातशाही दसवें प्रथम भगवती समरका गुरु नानक लई ते आए, फिर अंगद गुर ते अमरदास रामदास होई सहाय। अर्जन हर गोबिंद नो सिमरो श्री हर राय। श्री हर कृष्ण त्याई जिस डिठे सब दुख जाए, तेग बहादुर सिमर आए घर नौ नित्यावे ताई। सब थाई होए सहाय दसवां पातशाह साहेब श्री गुरु गोबिंद सिंह साहेब जी महाराज। सब थाई होए सहाय दसां पातशाहियां दे जोर स्वरूप धन धन साहेब श्री गुरु ग्रंथ साहेब जी दे पाठ दर्शन दीदार दाते अंतर की खालसा जी। बोलो जी पंजा प्यारिया चौहान साहबजादिया चालिया मुक्तियां हटियां जपियां तपियां जिन्ना नाम जपिया वंड छकिया देख चलाई तेग वाही देख के अंडठ किता तिना प्यारिया सच्यारिया दी कमाई दा ते अंतर की खालसा जी। बोलो जी जना सिंह सिंघणिया ने धर्म हेत शीश दिते बंद बंद कटवाए खोपरियां लोहाइया चरखड़िया ते चढ़े तन आरिया नाल चरवाए उबल दियां दे गां विच बैठे गुरद्वारियां दी सेवा लई कुर्बानियां कीतियां धर्म नहीं हरिया सिखी सिद्धक किसा सुवासा संग निभाया तनान दे कमाई दा ते अंतर की खालसा जी। बोलो जी पंजा तख्ता सरबत गुरद्वारिया गुरु धामां दा ते अंतर के। बोलो जी प्रथम सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। नाम चित्यावा है चित्यावन का सदका सर्व सुख होवा है। जहाँ जहाँ खालसा जी साहेब तहाँ तहाँ रचिया रे आयत देग तेग फतेह बिरद की पैज पंथ की जीत। श्री साहब जी सहाय खालसा जी के बोल वाले। बोलो जी सिखा नो सिखी दान केस दान रहत दान विवेक दान विसाह दान भरोसा दान दाना सिरदान नाम दान। श्री अमृतसर साहब जी के इशनान चौंकियां झंडे बंगे जग जग अटल धर्म का जयकार। बोलो जी सिखां दा मन नीवा मत उची मत दा रखा आप अकाल पुरख वाहेगुरु। ए अकाल पुरख अपने पंथ दिसदा सहाय दा तार जियो। श्री ननकाणा साहेब अते होर गुरद्वारियां गुरु धामां दे जिन्हों तो पंथ नौ विछोड़िया गया है तिन्हों के खुले दर्शन दीदार
ਸੇਵਾ ਸੰਭਾਲਦਾ ਦਾਨ ਆਪਣੇ ਪੰਥ ਖਾਲਸਾ ਜੀ ਨੂੰ ਬਖਸ਼ੋ ਹੈ ਨੀ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੰਤਰ ਜਾਮੀ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦਾ ਕੋਟਾਂ ਨੇ ਕੋਟਾਂ ਨੇ ਸ਼ੁਕਰ ਹੈ ਆਪ ਜੀ ਨੇ ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨ ਵਿੱਚ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਜਪ ਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਦੇ ਪਾਠ ਹੋਏ ਸਤਿਗੁਰੂ ਜੀ ਸ਼ਬਦ ਚੌਂਕੇ ਗੁਰਮੰਤਰ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦੇ ਹੋਈਆਂ ਗਲਤੀਆਂ ਅੱਖਰ ਵਾਰ ਘਾਟ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟ ਮਾਇਆ ਯਾਤਰਾ ਸੇਵਾ ਦਰ ਪ੍ਰਵਾਨ ਕਰਨੀ ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੋਹ ਸਾਧ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨੀਆਂ ਹਰ ਮੈਦਾਨ ਫਤਿਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰ ਅੰਗ ਸੰਗ ਸਹਾਈ ਹੋਣਾ ਦਰੋ ਘਰੋਂ ਗੁਰਸਿੱਖੀ ਜੀਵਨ ਨਾਮ ਦਾ ਨਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਦਰੋ ਕਰੋ ਬਖਸ਼ਿਆ ਦਾਤਾ ਵਿੱਚ ਸਮੂਹ ਸਾਧ ਸੰਗਤ ਵੱਲੋਂ ਪਾਵਨ ਹਜ਼ੂਰੀ ਵਿਖੇ ਪਾਵਨ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੋਈ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਪ੍ਰਸ਼ਾਦ ਸਰਬੱਤ ਸਾਧ ਸੰਗਤ ਵਿੱਚ ਵਰਤੈ ਜੋ ਜੀ ਸ਼ਕੈ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੈ ਆਪ ਜੀ ਦਰ 'ਤੇ ਜੋ ਜੀ ਆਏ ਸੋ ਰਾਜੇ ਜਾਏ ਸੁਖ ਹੋਵੇ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕਾ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੇਂਗੇ ਠੀਕਰ ਪੋਰ ਦਲੀਸ ਸਰ ਤੇਗ ਬਹਾਦਰ ਸਿਕਰਿਆ ਤੇਗ ਬਹਾਦਰ ਕੇ ਚਲਤਾ ਹਾਂ ਸਭ ਜਗ ਪਇਓ ਬੋਲੇ ਸੁਨਿਆਲ ਵਾਹ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਨ ਸੁਨ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਤਨਾਸਰੇ ਮਹਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁਖ ਸੁਖ ਮੇਰਾ, ਤਉ ਵਿਦਨੀ ਕੀ ਖਡਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੋ ਘੜ ਸੁਜਾਨੀ, ਤਿਨਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦਨੀ ਕੀ ਖਡਾਨੀ, ਜੀ ਕੀ ਕਹੀ ਪੈਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦਿਨੋ ਮੰਤਾਣੀ, ਡਿਗੈ ਨ ਡੋਲੈ ਦ੍ਰਿੜ ਕਰ ਰਿਹੋ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਚ ਹੋਤੇ, ਤਿਨ ਕੀ ਬਾਤ ਬਿਲਾਨੀ, ਅਲੰਕਾਰ ਮਿਲ ਦਲੀ ਹੋਈ ਹੈ, ਤਾਂ ਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੁਭਾ, ਵਾਜੇ ਅਨਹਦ ਬਾਨੀ, ਕਹੋ ਨਾਨਕ ਨਿਹਚਲ ਕਰ ਬਾਂਦਿਓ, ਗੁਰ ਕੀਓ ਬੰਦਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਵਾਜੇ ਅਨਹਦ ਮਾਨੀ, ਕਹੋ ਨਾਨਕ ਨਿਹਚਲ ਕਰ ਬਾਂਦਿਓ, ਗੁਰ ਕੀਓ ਬੰਦਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਕੜ ਸੁਜਾਨੀ,
ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ। ਇਹ ਪਾਵਨ ਸ਼੍ਰੀ ਮੁਖ ਬਾਗ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਤਨਾਸਰੀ ਰਾਗ ਅੰਦਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਅੰਗ 671 ਅਤੇ 72 'ਤੇ ਸੁਭਾਈਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।